ਸ਼ਰਮਾ ਜੀ, ਅੱਜ ਤੁਸੀਂ ਮੈਨੀਫੈਸਟੋ ਜਾਰੀ ਕੀਤਾ, ਕਈ ਡਿਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਹੈ, ਕਿਸ ਤਰ੍ਹਾਂ ਵੇਖਦੇ ਹੋ ਹੁਣ ਤੁਹਾਡੇ ਹਲਕੇ 'ਚ? ਤੁਸੀਂ 116 ਪਿੰਡਾਂ ਦੇ ਵਿੱਚ ਗਏ, ਸਾਰਿਆਂ ਲੋਕਾਂ ਦੇ ਮੁੱਦੇ, ਮੇਨ ਮੁੱਦੇ ਕੀ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਜਾਂ ਤੁਹਾਡੇ ਹਲਕੇ ਦੇ? ਪੰਜਾਬ ਦੇ ਦੋ ਹੀ ਮੁੱਦੇ ਹੈ ਕਿ ਮੋਦੀ ਸਾਹਿਬ ਦੀ ਲੋਕਪ੍ਰਿਯਤਾ ਸਿਰ ਚੜ੍ਹ ਕੇ ਬੋਲ ਰਹੀ ਹੈ। ਇੱਕ ਇੱਕ ਪਿੰਡ 'ਚ ਮੈਂ ਗਿਆ, 100-100 ਘਰਾਂ ਨੂੰ ਮੋਦੀ ਸਾਹਿਬ ਦਾ ਫਾਇਦਾ ਮਿਲਿਆ ਹੋਇਆ। ਲੋਕ ਕੋਈ ਗੱਲ ਕਰ ਰਹੇ ਹੈ ਕਿ ਪੰਜਾਬ ਦੀ ਬਦਹਾਲੀ ਨੂੰ ਅਗਰ ਪੰਜਾਬ 'ਚੋਂ ਕੱਢ ਸਕਦਾ ਕੋਈ ਤਾਂ ਮੋਦੀ ਸਾਹਿਬ ਕੱਢ ਸਕਦੇ ਹਾਂ। ਸੋ ਇੱਕ ਮੁੱਦਾ ਇਹ, ਔਰ ਦੂਜਾ ਮੁੱਦਾ ਝਾੜੂ ਨੇ ਜੋ ਪੰਜਾਬ ਦਾ ਬੜਾ ਗਰਕ ਕੀਤਾ, ਲੋਕ ਭਿਅੰਕਰ ਗੁੱਸੇ 'ਚ ਨੇ, ਤੁਸੀਂ ਦੇਖਣਾ ਇਹਨਾਂ ਦੇ ਜਮਾਨਤਾਂ ਜ਼ਬਤ ਹੋਣੀਆਂ। ਗੈਂਗਸਟਰਵਾਦ ਤੇ ਡਰੱਗਸ ਨੂੰ ਲੈ ਕੇ ਜਹਾਂ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੋਸਟਲੀ ਖਤਮ ਕਰ ਦਿੱਤਾ ਗਿਆ, ਕਾਫੀ ਕੁਝ ਜਿਹੜਾ ਹੈਗਾ ਹੱਦ ਤੱਕ ਹੋ ਗਿਆ, ਉਸ ਨੂੰ ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ? ਤੁਸੀਂ ਹਲਕੇ 'ਚ ਜਾ ਰਹੇ ਹੋ, ਤੁਸੀਂ ਗੱਲਬਾਤ ਕਰ ਰਹੇ ਹੋ ਲੋਕਾਂ ਦੇ? ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖੋ, ਮੈਂ ਤਾਂ ਹਰ ਪਿੰਡ 'ਚ ਪੁੱਛਿਆ, ਉਹ ਕਹਿੰਦੇ ਜੀ ਨਸ਼ਾ ਦੁੱਗਣਾ ਹੋ ਗਿਆ। ਗੈਂਗਸਟਰਾਂ ਦਾ ਖੌਫ ਇੰਨਾ ਹੈ, ਮੈਂ ਬੰਗੇ ਇੱਕ ਪਿੰਡ 'ਚ ਗਿਆ, ਉੱਥੇ ਡੇਰਾ ਹੈ ਛੋਟਾ ਜਿਹਾ, ਉਹ ਡੇਰੇ ਦੇ ਸੰਤ ਨੂੰ ਫੋਨ ਆਇਆ ਕਿ ਤੁਹਾਨੂੰ ਚੜਾਵਾ ਬੜਾ ਚੜ੍ਹਦਾ, ਸਾਨੂੰ ਦੇ ਕੇ ਜਾਓ। ਇਹ ਹਾਲਤ ਹੈ ਪੰਜਾਬ 'ਚ ਗੈਂਗਸਟਰਾਂ ਦੀ। ਸੋ ਇਹ ਮੂਰਖਾਂ ਦੇ ਸਵਰਗ 'ਚ ਰਹਿੰਦਾ ਸਾਡਾ ਮੁੱਖ ਮੰਤਰੀ, ਇਹ ਪੂਰੀ ਤਰ੍ਹਾਂ ਫੇਲ ਹੈ, ਔਰ ਤੁਸੀਂ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਕੀ ਦੇਖਣਾ, ਉਹਨਾਂ ਦਾ ਬੰਦਾ ਕੀ ਹੈ? ਠੀਕ ਹੈ, ਬਿਲਕੁਲ। ਜਿੱਦਾਂ ਸੁਭਾਸ਼ ਸ਼ਰਮਾ ਵੱਲੋਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਹਾਲਾਂਕਿ ਡਰੱਗਸ ਨੂੰ ਗੈਂਗਸਟਰ ਸਵਾਦ ਨੂੰ ਕਹਿ ਕੇ ਕਿਹਾ ਕਿ ਅਜੇ ਵੀ ਹੋਰ ਵੀ ਦੁੱਗਣਾ ਹੋ ਚੁੱਕਾ ਪੰਜਾਬ 'ਚ, ਜਿਸ ਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਹੈ ਕੰਮ ਕਰਾਂਗੇ। ਜੇਕਰ ਸਾਡੇ ਆਉਂਦੇ ਔਰ ਮੈਨੀਫੈਸਟੋ 'ਚ ਕਈ ਚੀਜ਼ਾਂ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ, ਚਾਹੇ ਉਹ ਕਾਲਜਿਸ ਦੀ ਗੱਲ ਹੋਵੇ, ਚਾਹੇ ਉਹ ਡਿਵੈਲਪਮੈਂਟ ਦੀ ਗੱਲ ਹੋਵੇ, ਚਾਹੇ ਉਹ ਕਾਲਜਿਸ ਦੀ ਗੱਲ ਹੋਵੇ, ਚਾਹੇ ਉਹ ਡਰੱਗਸ ਤੇ ਗੈਂਗਸਟਰਵਾਦ ਨੂੰ ਨਕੇਲ ਕਸਣ ਹੋਵੇ, ਕਈ ਇਸ਼ੂ ਨੂੰ ਲੈ ਕੇ ਜਿਹੜਾ ਹੈਗੇ ਉਹ ਕੰਮ ਕੀਤਾ ਜਾਏਗਾ ਜੇਕਰ ਉਹਨਾਂ ਦੀ ਸਰਕਾਰ ਆਉਂਦੀ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18। ਸ਼ਰਮਾ ਜੀ, ਅੱਜ ਤੁਸੀਂ ਮੈਨੀਫੈਸਟੋ ਜਾਰੀ ਕੀਤਾ, ਕਈ ਡਿਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਹੈ, ਕਿਸ ਤਰ੍ਹਾਂ ਵੇਖਦੇ ਹੋ ਹੁਣ ਤੁਹਾਡੇ ਹਲਕੇ 'ਚ? ਤੁਸੀਂ 116 ਪਿੰਡਾਂ ਦੇ ਵਿੱਚ ਗਏ, ਸਾਰਿਆਂ ਲੋਕਾਂ ਦੇ ਮੁੱਦੇ, ਮੇਨ ਮੁੱਦੇ ਕੀ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਜਾਂ ਤੁਹਾਡੇ ਹਲਕੇ ਦੇ? ਪੰਜਾਬ ਦੇ ਦੋ ਹੀ ਮੁੱਦੇ ਹੈ ਕਿ ਮੋਦੀ ਸਾਹਿਬ ਦੀ ਲੋਕਪ੍ਰਿਯਤਾ ਸਿਰ ਚੜ੍ਹ ਕੇ ਬੋਲ ਰਹੀ ਹੈ। ਇੱਕ ਇੱਕ ਪਿੰਡ 'ਚ ਮੈਂ ਗਿਆ, 100-100 ਘਰਾਂ ਨੂੰ ਮੋਦੀ ਸਾਹਿਬ ਦਾ ਫਾਇਦਾ ਮਿਲਿਆ ਹੋਇਆ। ਲੋਕ ਕੋਈ ਗੱਲ ਕਰ ਰਹੇ ਹੈ ਕਿ ਪੰਜਾਬ ਦੀ ਬਦਹਾਲੀ ਨੂੰ ਅਗਰ ਪੰਜਾਬ 'ਚੋਂ ਕੱਢ ਸਕਦਾ ਕੋਈ ਤਾਂ ਮੋਦੀ ਸਾਹਿਬ ਕੱਢ ਸਕਦੇ ਹਾਂ। ਸੋ ਇੱਕ ਮੁੱਦਾ ਇਹ, ਔਰ ਦੂਜਾ ਮੁੱਦਾ ਝਾੜੂ ਨੇ ਜੋ ਪੰਜਾਬ ਦਾ ਬੜਾ ਗਰਕ ਕੀਤਾ, ਲੋਕ ਭਿਅੰਕਰ ਗੁੱਸੇ 'ਚ ਨੇ, ਤੁਸੀਂ ਦੇਖਣਾ ਇਹਨਾਂ ਦੇ ਜਮਾਨਤਾਂ ਜ਼ਬਤ ਹੋਣੀਆਂ। ਗੈਂਗਸਟਰਵਾਦ ਤੇ ਡਰੱਗਸ ਨੂੰ ਲੈ ਕੇ ਜਹਾਂ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੋਸਟਲੀ ਖਤਮ ਕਰ ਦਿੱਤਾ ਗਿਆ, ਕਾਫੀ ਕੁਝ ਜਿਹੜਾ ਹੈਗਾ ਹੱਦ ਤੱਕ ਹੋ ਗਿਆ, ਉਸ ਨੂੰ ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ? ਤੁਸੀਂ ਹਲਕੇ 'ਚ ਜਾ ਰਹੇ ਹੋ, ਤੁਸੀਂ ਗੱਲਬਾਤ ਕਰ ਰਹੇ ਹੋ ਲੋਕਾਂ ਦੇ? ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖੋ, ਮੈਂ ਤਾਂ ਹਰ ਪਿੰਡ 'ਚ ਪੁੱਛਿਆ, ਉਹ ਕਹਿੰਦੇ ਜੀ ਨਸ਼ਾ ਦੁੱਗਣਾ ਹੋ ਗਿਆ। ਗੈਂਗਸਟਰਾਂ ਦਾ ਖੌਫ ਇੰਨਾ ਹੈ, ਮੈਂ ਬੰਗੇ ਇੱਕ ਪਿੰਡ 'ਚ ਗਿਆ, ਉੱਥੇ ਡੇਰਾ ਹੈ ਛੋਟਾ ਜਿਹਾ, ਉਹ ਡੇਰੇ ਦੇ ਸੰਤ ਨੂੰ ਫੋਨ ਆਇਆ ਕਿ ਤੁਹਾਨੂੰ ਚੜਾਵਾ ਬੜਾ ਚੜ੍ਹਦਾ, ਸਾਨੂੰ ਦੇ ਕੇ ਜਾਓ। ਇਹ ਹਾਲਤ ਹੈ ਪੰਜਾਬ 'ਚ ਗੈਂਗਸਟਰਾਂ ਦੀ। ਸੋ ਇਹ ਮੂਰਖਾਂ ਦੇ ਸਵਰਗ 'ਚ ਰਹਿੰਦਾ ਸਾਡਾ ਮੁੱਖ ਮੰਤਰੀ, ਇਹ ਪੂਰੀ ਤਰ੍ਹਾਂ ਫੇਲ ਹੈ, ਔਰ ਤੁਸੀਂ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਕੀ ਦੇਖਣਾ, ਉਹਨਾਂ ਦਾ ਬੰਦਾ ਕੀ ਹੈ? ਠੀਕ ਹੈ, ਬਿਲਕੁਲ। ਜਿੱਦਾਂ ਸੁਭਾਸ਼ ਸ਼ਰਮਾ ਵੱਲੋਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਹਾਲਾਂਕਿ ਡਰੱਗਸ ਨੂੰ ਗੈਂਗਸਟਰ ਸਵਾਦ ਨੂੰ ਕਹਿ ਕੇ ਕਿਹਾ ਕਿ ਅਜੇ ਵੀ ਹੋਰ ਵੀ ਦੁੱਗਣਾ ਹੋ ਚੁੱਕਾ ਪੰਜਾਬ 'ਚ, ਜਿਸ ਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਹੈ ਕੰਮ ਕਰਾਂਗੇ। ਜੇਕਰ ਸਾਡੇ ਆਉਂਦੇ ਔਰ ਮੈਨੀਫੈਸਟੋ 'ਚ ਕਈ ਚੀਜ਼ਾਂ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ, ਚਾਹੇ ਉਹ ਕਾਲਜਿਸ ਦੀ ਗੱਲ ਹੋਵੇ, ਚਾਹੇ ਉਹ ਡਿਵੈਲਪਮੈਂਟ ਦੀ ਗੱਲ ਹੋਵੇ, ਚਾਹੇ ਉਹ ਕਾਲਜਿਸ ਦੀ ਗੱਲ ਹੋਵੇ, ਚਾਹੇ ਉਹ ਡਰੱਗਸ ਤੇ ਗੈਂਗਸਟਰਵਾਦ ਨੂੰ ਨਕੇਲ ਕਸਣ ਹੋਵੇ, ਕਈ ਇਸ਼ੂ ਨੂੰ ਲੈ ਕੇ ਜਿਹੜਾ ਹੈਗੇ ਉਹ ਕੰਮ ਕੀਤਾ ਜਾਏਗਾ ਜੇਕਰ ਉਹਨਾਂ ਦੀ ਸਰਕਾਰ ਆਉਂਦੀ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18।